ਅਸਲਾਮੁਅਲੈਕੁਮ ਵੀਵਰਸ, ਕੀ ਹਾਲ ਹੈ ਤੁਹਾਡਾ? ਮੈਂ ਕਹਿੰਦਾ ਤੁਸੀਂ ਵੀ ਖੈਰੀਅਤ ਨਾਲ ਹੋਵੋਗੇ, ਅਸੀਂ ਖੈਰੀਅਤ ਨਾਲ। ਮੈਂ ਤੁਹਾਡੀ ਹੋਸਟ ਸੋਬੀਆ ਖਾਨ, ਅਤੇ ਸਾਨੂੰ ਨੂੰ ਪੁੱਛੋ ਕਿ ਬੈਡ 'ਤੇ ਕੀ ਕਰਨ ਬੈਠੀ ਹੈ। ਇਹ ਮੈਂ ਬੈਠੀਆਂ ਵੀ ਤੁਹਾਨੂੰ ਵਿਖਾਵਾਂਗੀ। ਅਸਲਾਮੁਅਲੈਕੁਮ ਦੋਸਤੋ, ਕੀ ਹਾਲ ਚਾਲ ਹੈ? ਠੀਕ ਹੋ? ਮੈਂ ਕਹਿੰਦਾ ਤੁਸੀਂ ਠੀਕ ਹੈ, ਮੈਂ ਵੀ ਠੀਕ ਹਾਂ। ਤੁਸੀਂ ਸੋਬੀਆ ਖਾਨ ਪੁੱਛਦੇ ਪਈ ਵੀ ਸਾਨੂੰ ਖਾਨ ਕੀ ਲੈਣ ਬੈਠੀ ਹੈ। ਹਾਂ, ਅਤੇ ਮੈਂ ਆਖਦੀ ਹਾਂ ਤੂੰ ਕੁਛ ਕਰ, ਤਾਂ ਫਿਰ ਅਸੀਂ ਕੁਛ ਹੈ ਸਾਨੂੰ ਪਸੰਦ ਆਏਗੀ ਤਾਂ ਫਿਰ ਕੁਛ ਕਰ। ਮੈਂ ਕੀ ਕਰਾਂ ਜੋਗੀ, ਮੈਂ ਤਾਂ ਆਪਣੇ ਆਪ 'ਚ ਤੰਗ ਹਾਂ। ਨਹੀਂ ਵੀ ਹਾਂ, ਸਮਾਨ ਕੱਢੇ ਨਾ, ਅਤੇ ਜਿਹੜੀ ਸ਼ਾਇਦ ਪਸੰਦ ਆਈ ਫਿਰ ਉਹਨੂੰ ਚਾਹ ਕੇ ਅਸੀਂ ਆਹ ਚੱਲ ਲੈਣ ਬੈਠੇ। ਠੀਕ ਹੈ, ਜੀ ਵੀ ਵਰਤ ਅੱਜ ਦਾ ਵਲੋਗ ਸ਼ੁਰੂ ਕਰਨਾ ਤਾਂ ਅੱਜ ਦੇ ਵਲੋਗ ਦੇ ਵਿੱਚ ਮੇਰੀ ਛੋਟੀ ਸਿਸਟਰ ਹੈ ਅਤੇ ਉਹਦੀ ਹੈ ਸ਼ਾਦੀ। ਠੀਕ ਹੈ, ਅਤੇ ਕੁਛ ਚੀਜ਼ਾਂ ਮੈਂ ਆਪਣੀ ਤਰਫੋਂ ਨੂੰ ਦੇਣੀਆਂ ਹੈਗੀਆਂ ਨੇ, ਅਤੇ ਮੈਂ ਕਿਹਾ ਕਿਉਂ ਨਾ ਮੈਂ ਆਪਣੇ ਵਿਊਵਰਸ ਨੂੰ ਵੀ ਵਿਖਾ ਦਾ ਅਤੇ ਦੱਸਦਾ ਹੈ। ਅਤੇ ਇਹ ਜਿਹੜੀ ਮੇਕਅਪ ਬੋਕਸ ਹੈ, ਅਕਸਰ ਤੁਸੀਂ ਵਿਆਹਾਂ 'ਤੇ ਵੇਖਿਆ ਹੀ ਹੋਣਾ ਹੈ। ਹਾਂ, ਨਹੀਂ ਵਿਆਹਾਂ ਤੋਂ ਬਗੈਰ ਨਹੀਂ। ਇਹ ਇੱਕ ਬੇ ਮੇਕਅਪ ਬੋਕਸ ਹੋ ਕੇ ਵਾਸਤੇ ਲਿਆਉਂਦਾ ਹੈ। ਓਕੇ ਜੀ, ਮੈਂ ਚੀਜ਼ ਉਹ ਮੈਂ ਕੱਢ ਮੈਂ ਐਂ ਕੱਢ ਕੇ ਉਹ ਮਤਲਬ ਕਿ ਐਂ ਲਾ ਕੇ ਵਿਖਾਉਂਦੀ ਹਾਂ। ਅਤੇ ਇਹ ਜੀ ਸੂਟ ਲਿਆਉਂਦਾ ਮੈਂ ਆਪਣੀ ਤਰਫੋਂ ਆਪਣੀ ਸਿਸਟਰ ਵਾਸਤੇ, ਅਤੇ ਤੁਸੀਂ ਦੱਸਣਾ ਕਿ ਮੈਂ ਇਸ 'ਤੇ ਸੋਹਣਾ ਵੀ ਹੈ ਕਿ ਨਹੀਂ। ਪਰ ਮੈਨੂੰ ਤਾਂ ਵੇਖਦਾ ਥੋੜੇ ਪੈਸਿਆਂ ਦਾ ਮਿਲੇਗਾ, ਲੇਕਿਨ ਪੈਸੇ ਬੜਾ ਲੱਗ ਗਏ। ਸ਼ਾਦੀ ਹੋ ਗਈ ਫਿਰ ਮੁੰਡਾ ਵੀ ਹੋਣਾ ਹੀ ਚਲੋ ਗੱਲਾਂ ਦੂਸਰੀ ਛੋਟੀ ਸਿਸਟਰ ਕਈ ਨਾਲ ਹੋਇਆ, ਉਹਦਾ ਛੋਟਾ ਜਿਹਾ ਬੇਬੀ ਹੈ 4 ਮਾਹ ਦਾ, ਇਹ ਮੁੰਡੇ ਵਾਸਤੇ ਮੈਂ ਲਿਆਂਦਾ। ਕਿਉਂਕਿ ਠੀਕ ਹੈ ਆਪੇ ਉਹਨਾਂ ਨੂੰ ਲਏ ਹੋਣੇ, ਲੇਕਿਨ ਮੈਂ ਜੋ ਕੁਛ ਉਹਨਾਂ ਨੂੰ ਕਿਹਾ ਸੀ ਜ਼ਰੂਰਤ ਆ ਉਹ ਮੈਂ ਲੈ ਕੇ ਕਰਨਾ। ਠੀਕ ਹੈ, ਇਹਦੇ ਮੈਨੂੰ ਨਾ ਕਲਰ ਬਹੁਤ ਪਿਆਰੇ ਲੱਗੇ, ਸਾਰੇ ਕਲਰ ਹੀ ਬਹੁਤ ਪਿਆਰੇ ਨੇ, ਮੈਨੂੰ ਤਾਂ ਖਾਏ ਨਹੀਂ ਨਹੀਂ ਹੁੰਦਾ, ਨਾਲੇ ਵੇਖੀ ਆ ਨਾਲੇ ਬੰਦ ਕੀਤੀ ਆ ਹੈ ਨਾ, ਅਤੇ ਧਿਆਨ ਰੱਖਣਾ ਸਮਾਂ ਖਾਣ ਪਰ ਬੁੱਕਰ 'ਚ ਲਗਾ ਕੇ ਸ਼ਹਿਰ ਨਾ ਲੈ ਜਾਵੇ। ਅੱਲਾਹ ਤੁਹਾਨੂੰ ਮਾਫ਼ ਕਰੇ, ਕਿ ਮੇਰੀ ਭੈਣ ਵੀ ਆਈ ਸੀ ਸਣਾ ਕੋਈ ਸ਼ਾਦੀ ਸ਼ਾਇਦ ਆਖਣਾ ਲਈ, ਮੈਂ ਕਿਹਾ ਇਨਸ਼ਾਅੱਲਾ ਸਣਾ ਨੂੰ ਤੁਹਾਡੀ ਸ਼ਾਇਦ ਰੱਖਦੀ ਹੈ, ਸਣਾ ਨੂੰ ਨਾਲ ਲਾ ਵਾਗਦੀ ਹੈ। ਇਹ ਜੀ ਡਾਬਰ ਆਮਲਾ ਤੇਲ, ਇਹ ਜੀ ਲਾਈਨਰ ਦੇ ਮੁਸਕਾ। ਠੀਕ ਹੈ, ਉਹਨਾਂ ਨੇ ਕਿਹੜਾ ਜ਼ਰੂਰਤ ਹੈ ਮੇਕਅਪ ਕਰੋ ਵੀ ਕਿ ਮੈਂ ਕਿਸ ਤਰ੍ਹਾਂ ਨੇ ਕਰਨਾ ਹੈ ਮੇਕਅਪ, ਦੁਲਹਨ ਨੇ ਤਾਂ ਫਿਰ ਤੁਹਾਨੂੰ ਪਤਾ ਪਾਰਲਰ 'ਚ ਤਿਆਰ ਹੋਣਾ ਹੁੰਦਾ ਹੈ, ਕਿਹੜੀਆਂ ਦੂਸਰੀਆਂ ਮੇਰੇ ਵਰਗੀਆਂ ਉੱਥੇ ਗਈਆਂ ਉਹਨਾਂ ਨੇ ਹੀ ਉਹਦੇ ਸ਼ਹਿਰਾਂ ਨਾਲ ਤਿਆਰ ਹੋਣਾ, ਅਤੇ ਮੈਂ ਕੋਈ ਨਹੀਂ ਜਾ ਰਹੀ ਕਿੱਟ ਬਣ, ਸਿਰਫ ਚੀਜ਼ਾਂ ਜਾ ਰਹੀਆਂ ਨੇ ਮੈਂ ਤੇਲ ਵੀ ਨਮਕ ਲਾਉਂਦੀ ਪਈ ਹੋਰ ਲੈ ਲਈ ਸਾਰਾ ਸਾਰਾ ਉਹਦਾ ਸਮਾਨ ਕਰਾਉਣਾ ਨਾ, ਐਜ ਮੈਡੀਕਲ ਪ੍ਰੂਫ
ਬੇਬੀ ਫੈਰਾ ਲਵਲੀ ਫਾਊਂਡੇਸ਼ਨ ਹੈ ਇਹ ਮੇਕਅਪ ਕਰਨ ਤੋਂ ਪਹਿਲੇ ਅਕਸਰ ਲੜਕੀਆਂ ਲਗਾਉਂਦੀਆਂ ਹਨ ਇਹ ਜੀ ਬੀਬੀ ਫਾਊਂਡੇਸ਼ਨ ਮੇਕਅਪ ਕਰਨ ਨਾ ਲਾ ਪਹਿਲਾਂ ਮੈਂ ਲਾ ਲਵਾਂ ਨਾ ਤੂੰ ਲਾ ਲਾ ਬੋਡੀ ਪਰਫਿਊਮ ਸ਼ਾਮ ਥੋੜਾ ਦਬਾ ਕੇ ਖਾ ਦਿੰਦੇ ਹਾਂ ਵਿਚਾਰੀ ਕੋਲ ਬਹਿ ਕੇ ਤਰਸੀ ਪਤਾ ਨੀ ਕਿਹੜੀ ਨੀਅਤ ਮੈਂ ਦਿਲਾ ਦਿਲਾ ਨੀਅਤ ਅੱਖਾਂ ਬੰਦ ਕਰੋ ਕਿਹੜੀਆਂ ਦੂਲਣਾ ਲਾਉਂਦੀਆਂ ਹੁੰਦੀਆਂ ਨੇ ਸੈਵਨ ਉਪਟਨ ਹਰਬਲ ਸੈਵਨ ਹਰਬਲ ਉਪਟਨ ਪਹਿਲੇ ਜ਼ਮਾਨਿਆਂ 'ਚ ਮਾਈਆਂ ਦੇ ਵਿਆਹ ਮਾਈਆਂ ਦੇ ਵਿੱਚ ਵਿਆਹ ਲੜਕੀਆਂ ਦੇ ਵਿਆਹ ਹੁੰਦੇ ਸਨ ਅਤੇ ਉਹ ਹਲਦੀ ਉਹਨਾਂ ਹੁਣ ਤਾਂ ਪਾਰਲਰਾਂ 'ਚ ਲਈਆਂ ਜਾਂਦੀਆਂ ਤਿਆਰ ਹੋਣ ਵਾਸਤੇ ਪਾਰਲਰ ਪੂਰਾ ਸਾਹ ਜਾਂਦਾ ਹੈ ਜਿਵੇਂ ਡੋਰਾ ਪਾਊਡਰ ਪਾਊਡਰ ਅਤੇ ਇਹ ਨੇ ਜੀ ਕਿੰਨਾ ਇਹ ਕਦੋਂ ਤਿਆਰ ਹੋਣੇ ਹੋਣਾ ਹੈ ਅਤੇ ਫਿਰ ਹੁੰਦਾ ਲਹਿੰਗਾ ਲੂੰਗਾ ਸਾਰਾ ਕੁਛ ਹੈ ਅਤੇ ਕਦੋਂ ਕਰਨਾ ਹੈ ਉਹਦੇ ਵਾਸਤੇ ਠੀਕ ਹੈ ਅਤੇ ਇਹ ਸਾਡੇ ਕਾਕੇ ਵਾਸਤੇ ਨੇ ਉਹ ਗਿੱਲੇ ਟਿਸ਼ੂ ਇਹ ਜੀ ਦੋਵੇਂ ਬਲਕੇ ਹੁੰਦੇ ਵਾਸਤੇ ਇੱਕ ਗਿੱਲੇ ਨੇ ਇੱਕ ਸੁੱਕੇ ਨਹੀਂ ਦੋਵੇਂ ਗਿੱਲੇ ਨੇ ਵਾਰੀ ਕੀ ਉਹਨੇ ਜਾਣੇ ਤੇ ਮੂੰਹ ਪੂੰਝਦਾ ਰਹਿੰਦਾ ਇੱਕ ਮੋਟ ਮੋਟ ਦੀ ਰਹਿੰਦਾ ਹੋਰ ਸਾਰਾ ਕੁਛ ਉਹਦੀ ਮਾਂ ਦਾ ਤੁਹਾਨੂੰ ਦੇ ਦੇ ਅਸੀਂ ਸਭ ਛੋਟਾ ਮੈਂ ਇੱਥੇ ਕਾਰ ਬਾਰੇ ਵਿਖਾਉਂਦਾ ਜਾਂਦੀ ਲੈਕਮੀ ਕਾਜਲ ਅੱਖਾਂ 'ਚ ਪਾਉਣ ਵਾਲਾ ਫਿਰ ਆ ਗਿਆ ਜੀ ਲਾਈਨਾ ਮੁਸਕਾਰਾ ਦੋ ਵਾਰੀ ਦੋ ਡੱਬੇ ਨੇ ਲਾਈਨਾ ਮੁਸਕਾਰੇ ਇਹ ਆ ਗਿਆ ਜੀ ਸ਼ੈਂਪੂ ਹੈਲਦਰ ਸ਼ੋਲਡਰ ਸ਼ੈਂਪੂ ਕਿੰਨੇ ਨੇ ਲਾਈਆਂ ਨੇ ਮੈਂ ਕਹਿ ਰਹੀ ਸੀ ਆਹ ਮੈਨੂੰ ਬੜਾ ਪਿਆਰਾ ਲੱਗਿਆ ਸੀ ਖੋਲ ਕੇ ਦੇਖ ਬਣੇ ਆ ਗਏ ਪਤਾ ਹੈ ਮੈਂ ਤੁਹਾਡਾ ਸੋਚਿਆ ਮੈਨੂੰ ਨਾ ਪਸੰਦ ਨਹੀਂ ਪਤਾ ਹੈ ਮੇਰਾ ਕਦੀ ਕਦੀ ਸੱਜੇ ਪਾਸੇ ਮਿੰਡ ਚ ਮੈਂ ਸਾਰੀਆਂ ਚੀਜ਼ਾਂ ਵਿਖਾ ਦਿੱਤੀਆਂ ਨੇ ਪਰ ਪੈਸੇ ਮੈਂ ਬੜੇ ਲਾ ਆਈ ਆ ਹੁੰਦੀ ਵੀਹ ਤਰੀਕ ਅਤੇ ਸਮਾਨ ਕਰ ਦੇਣਾ ਹੈਗਾ ਵੇ ਅਤੇ ਫਿਰ ਆਪੇ ਸੈਟਿੰਗ ਮੈਟਿੰਗ ਆਪੇ ਕਰ ਲੈਂਦੇ ਜਿਸ ਤਰ੍ਹਾਂ ਹੁਣ ਆਪਣੇ ਸਮਾਨ ਦੀ ਸੈਟਿੰਗ ਕਰ ਲੈਂਦੇ ਜੀ ਵਧੀਆ ਮਿਹਨਤ ਨਾ ਕਰ ਸਕਦੀ ਅੱਜ ਦਾ ਵਲੋਗ ਅੱਛਾ ਲੱਗਿਆ ਹੋਏਗਾ ਠੀਕ ਹੈ ਅਤੇ ਇਸੇ ਦੇ ਨਾਲ ਤੁਸੀਂ ਆਪਣੀ ਹੋਸਟ ਸੋਬੀਆ ਖਾਨ ਨੂੰ ਦੱਸਣਾ ਖਾਣਾ ਚਾਹੋਗੇ ਇੱਕ ਨਵੀਂ ਵੀਡੀਓ ਬਣਾ ਕੇ